ਪੰਜਾਬੀ 뮤직 ਇੰਡਸਟਰੀ ਦਾ ਉਹ ਮੁੰਡਾ ਜਿਹੜਾ ਗਿਟਾਰ ਸਿੱਖਦਾ ਹੈ, ਜਿਹੜਾ ਨਖਰੇ ਵੀ ਬਹੁਤ ਕਰਦਾ, ਜਿਸਨੇ ਅੱਤ ਵੀ ਕਰਾਈ ਹੈ ਤੇ ਨਾਲ ਦੇ ਨਾਲ ਜਿਸ ਦਾ ਬਾਪੂ ਹੈ ਜ਼ਿੰਮੇਦਾਰ, ਉਹ 15 ਜੁਲਾਈ ਨੂੰ ਇੱਕ ਵਾਰੀ ਫੇਰ ਤੋਂ ਆ ਰਿਹਾ ਸਭ ਦੇ ਦਿਲਾਂ ਤੇ ਰਾਜ ਕਰਨ ਦੇ ਲਈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਨਨ ਅਦਰ ਦੈਨ ਜੱਸੀ ਗਿੱਲ ਦੀ, ਜਿਸ ਦਾ ਨਵਾਂ ਗਾਣਾ 15 ਜੁਲਾਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇੰਸਟਾਗ੍ਰਾਮ ਤੇ ਜੱਸੀ ਗਿੱਲ ਇੱਕ ਫੋਟੋ ਅਪਲੋਡ ਕਰਕੇ ਲਿਖਦੇ ਨੇ, 15 ਜੁਲਾਈ ਬੁੱਕ ਕਰ ਲਵੋ ਨੈਕਸਟ ਸੌਂਗ ਲਈ, ਟਾਈਟਲ ਅਤੇ ਡਿਟੇਲਸ ਬਸ 1-2 ਦਿਨਾਂ ਵਿੱਚ ਲਾਈਵ ਹੋ ਕੇ ਸ਼ੇਅਰ ਕਰਦਾ। ਸੋ ਜੱਸੀ ਗਿੱਲ ਦੇ ਫੈਨਸ ਦੇ ਲਈ 15 ਦਿਨਾਂ ਬਾਅਦ ਇੱਕ ਨਵਾਂ ਗਾਣਾ ਆ ਰਿਹਾ ਹੈਗਾ। ਸੋ ਦੇਖਣਾ ਇਹ ਹੋਵੇਗਾ ਕਿ ਇਸ ਵਾਰ ਕਿਵੇਂ ਦਾ ਗਾਣਾ ਲੈ ਕੇ ਆਉਣਗੇ ਜੱਸੀ ਗਿੱਲ। ਦੈਨਿਕ ਸਵੇਰਾ TV ਦੀ ਪੂਰੀ ਟੀਮ ਦੇ ਵੱਲੋਂ ਜੱਸੀ ਗਿੱਲ ਨੂੰ ਬੈਸਟ ਆਫ ਲੱਕ।